ਜੀ ਦੋਸਤੋ ਵੈਲਕਮ ਕਰਦੇ ਆ ਤੁਹਾਡੇ ਵਾਲੇ ਪੰਜਾਬ ਜੋਬ ਸਰਚ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਪੰਜਾਬ ਰੇਲਵੇ ਵਿੱਚ ਨਵੀਂ ਨੌਕਰੀ ਆ ਚੁੱਕੀ ਹੈਕਰ ਤੁਸੀਂ ਵੀ ਉਮਰ ਸੀਮਾ ਤਨਖਾਹ ਯੋਗਤਾ ਬਾਰੇ ਪੂਰੀ ਸਹੀ ਤੇ ਸਟੀਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਆ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਨਵੀਆਂ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾਂ ਦੀ ਸਹੀ ਤੇ ਸਟੀਕ ਜਾਣਕਾਰੀ ਕਰੀ ਲੈ ਕੇ ਆਉਂਦੇ ਰਹਨੇ ਆ ਤੁਸੀਂ ਸਾਡੇ WhatsApp Telegram ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅਸੀਂ ਅੱਜ ਦੀ ਮੇਨ ਅਪਡੇਟ ਦੇ ਉੱਪਰ ਤੋ ਆਪਾ ਅਪਡੇਟ ਦੇ ਪ੍ਰਾਪਤ ਹੋਇਆ ਤੁਸੀਂ ਦੇਖ ਸਕਦੇ ਹੋ ਆਰਆਰਸੀ ਨਾਰਥਰਨ ਰੇਲਵੇ ਰੁਕਮੈਂਟ 2023 ਦੇ ਵੱਲੋਂ ਨਵੀਆਂ ਪੋਸਟਾਂ ਵਾਸਤੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਐਪਲੀਕੇਸ਼ਨ ਫੀਸ ਹੋਵੇਗੀ ਆਲ ਅੰਦਰ ਕੈਂਡੀਡੇਟਸ ਵਾਸਤੇ 100 ਰੁਪਿਆ ਫੀਸ ਰੱਖੀ ਗਈ ਆ ਐਸਸੀਐਸਟੀ ਪੀਡਬਲ ਡੀ ਵੂਮਨ ਵਾਸਤੇ ਕੋਈ ਵੀ ਫੀਸ ਨਹੀਂ ਰੱਖੀ ਗਈ ਤੁਸੀਂ ਆਪਣੀ ਫੀਸ ਨੂੰ ਆਨਲਾਈਨ ਮੈਥਡ ਨਾਲ ਫੀਸ ਪੇ ਕਰ ਸਕਦੇ ਹੋ ਜਿਹੜੀ ਤੁਹਾਡੀ ਇੰਪੋਰਟੈਂਟ ਡੇਟਸ ਹੋਵੇਗੀ ਤੁਸੀਂ 11 12 2023 ਤੋਂ ਲੈ ਕੇ 11 1 2024 ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕ ਹੋ ਜਿਹੜੀ ਤੁਹਾਡੀ ਏਜ ਲਿਮਟ ਰੱਖੀ ਗਈ ਆ ਉਹਦੀ ਕਾਊਂਟਿੰਗ 11/1/2024 ਤੱਕ ਹੋਵੇਗੀ ਤੁਸੀਂ ਇਹਦੇ ਵਿੱਚ 15 ਸਾਲ ਤੋਂ ਲੈ ਕੇ 24 ਸਾਲ ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਬਾਕੀ ਪੰਜਾਬ ਦੇ ਐਸਸੀ ਅਤੇ ਐਸਟੀ ਉਮੀਦਵਾਰਾਂ ਨੂੰ 5 ਸਾਲ ਦੀ, ਆਰਬੀਸੀ ਉਮੀਦਵਾਰਾਂ ਨੂੰ 3 ਸਾਲ ਦੀ ਛੂਟ ਰੱਖੀ ਗਈ ਆ ਜੇ ਤੁਹਾਡੀ ਇਹਦੇ ਵਿੱਚ ਯੋਗਤਾ ਰੱਖੀ ਗਈ ਆ ਤੁਸੀਂ 10ਵੀਂ ਪਾਸ ਅਪਲਾਈ ਕਰ ਸਕਦੇ ਹੋ ਜਾਂ ਪਲੱਸ 2 ਕਰ ਰਹੇ ਹੋ ਜਾਂ ਆਈਟੀਆਈ ਪਾਸ ਵੀ ਅਪਲਾਈ ਇਹਨਾਂ ਪੋਸਟਾਂ ਨੂੰ ਕਰ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਟੋਟਲ 3093 ਪੋਸਟਾਂ ਰੱਖੀਆਂ ਗਈਆਂ ਨੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰੋ ਤੁਹਾਨੂੰ ਇਹਨਾਂ ਪੋਸਟਾਂ ਦਾ ਅਪਲਾਈ ਲਿੰਕ ਮੇਰੇ WhatsApp ਚੈਨਲ ਦੇ ਵਿੱਚ ਮਿਲ ਜਾਵੇਗਾ WhatsApp ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉੱਥੇ ਖੁਦ ਘਰ ਬੈਠੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਅਗਰ ਇਹਨਾਂ ਪੋਸਟਾਂ ਸਬੰਧੀ ਤੁਹਾਡੇ ਮਨ ਦੇ ਵਿੱਚ ਹੋਰ ਵੀ ਕੋਈ ਸ਼ੱਕ ਸਵਾਲ ਹੈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਆਪਣੇ ਸ਼ੱਕ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਇਹੋ ਜਿਹੀਆਂ ਨਵੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਫ੍ਰੀ ਅਤੇ ਸਮੇਸਰ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਜੈ ਹਿੰਦ